ਜਾਇਦ ਤੌਰ ਤੇ ਸ਼ੱਕ ਤੌਰ ਤੇ ਕਰਦਾ ਹੈ ਮੇਰੀ ਮੰਮੀ ਨੂੰ ਮਾਰਕੁੱਟ। ਕੌਣ ਕਰਦਾ? ਡੈਡੀ ਮੇਰਾ। ਸਾਡੀ ਅੱਖਾਂ ਸਾਹਮਣੇ ਵੀ ਮਾਰਦੇ ਅੱਜ ਤੋਂ ਕਈ ਦਿਨ ਪਹਿਲਾਂ। ਕਸਬਾ ਖਡੂਰ ਸਾਹਿਬ ਵਿਖੇ ਪਤੀ ਵੱਲੋਂ ਆਪਣੀ ਪਤਨੀ ਦਾ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਦਿੰਦੇ ਮ੍ਰਿਤਕ ਦੀ ਬੇਟੀ ਨੇ ਆਪਣੇ ਪਿਓ ਖਿਲਾਫ ਹੀ ਵੱਡਾ ਬਿਆਨ ਦਿੱਤਾ ਹੈ। ਸਤਨਾਮ ਸਿੰਘ ਜੀ, ਕੀ ਗੱਲਬਾਤ ਹੋਈ ਹੈ ਜਿਹੜੀ? ਅੱਜ ਗੱਲਬਾਤ ਸਵੇਰੇ ਤੜਕੇ 4 ਵਜੇ ਦੀ ਗੱਲ ਹੈ ਜੀ। ਮੈਂ ਸਾਨੂੰ ਫੋਨ ਆਇਆ ਸਾਡੀ ਭਾਂਜੀ ਦਾ ਕਿ ਮੰਮੀ ਨੂੰ ਜਿਹੜੇ ਆਪਣੇ ਡੈਡੀ ਬੜਾ ਕੁੱਟ ਰਿਹਾ ਵਾ, ਅਤੇ ਅਸੀਂ ਕਿਹਾ ਚਲੋ ਕੋਈ ਨਹੀਂ ਆਉਂਦੇ। ਮੈਂ ਗੁਰਦੁਆਰੇ ਸਾਹਿਬ ਗਿਆ ਸੀ ਸਵੇਰੇ ਤੜਕੇ ਜੀ, ਅਤੇ 6 ਵਜੇ ਇਹਨਾਂ ਦਾ ਫੋਨ ਆ ਗਿਆ ਜੀ, ਉਹਨਾਂ ਦੀ ਡੈਥ ਹੋ ਗਈ ਆ। ਅਤੇ ਇਹਨਾਂ ਆਪਣੇ ਮੇਰੇ ਜਿਹੜੇ ਜੀਜਾ ਜੀ, ਉਹਨਾਂ ਨੇ ਕੁੱਟ ਕੁੱਟ ਕੇ ਨਹੀਂ ਮਤਲਬ ਜ਼ਿਆਦਾ ਮਤਲਬ ਡੈਥ ਹੋ ਗਈ ਆ, ਅਤੇ ਲੱਕ ਸਪੇਅਰ ਹੋ ਗਈ। ਕੋਈ ਘਰ 'ਚ ਮਤਲਬ ਇਹਨਾਂ ਦਾ ਝਗੜਾ ਸੀ ਕੋਈ, ਮਤਲਬ ਇਹਨਾਂ ਦਾ ਆਪਸੀ ਆ, ਕੋਈ ਬਾਹਰੋਂ ਦਾ ਕੋਈ ਹੈ ਨਹੀਂ ਹੈ ਜੀ। ਕਿ ਮਤਲਬ ਘਰੇਲੂ ਹੀ ਆਪਸ ਵਿੱਚ ਕਦੀ ਕਿਸੇ ਨੂੰ ਕਹਿਣਾ ਕੁਛ, ਕਦੀ ਕਿਸੇ ਨੂੰ ਕੁਛ ਕਹਿ ਦੇਣਾ। ਹਾਂਜੀ, ਮੰਗ ਹੈ ਸਰਕਾਰ ਕਿਹੋ ਕਰਦੇ ਜੀ, ਇਨਸਾਫ ਦੀ ਜੀ, ਇਨਸਾਫ ਮਿਲਣਾ ਚਾਹੀਦਾ ਵਾ, ਅਤੇ ਛੇਤੀ ਤੋਂ ਛੇਤੀ ਕਾਰਵਾਈ ਹੋ ਕੇ ਜੋ ਵੀ ਸਜ਼ਾ ਮਤਲਬ ਦੋਸ਼ੀ ਨੂੰ ਦੇਣੀ ਚਾਹੀਦੀ ਹੈ। ਵੀਰੇ ਮੇਰਾ ਨਾਂ ਕਵਲ ਆ। ਜਿਹੜਾ ਤੁਹਾਡੀ ਮੰਮੀ ਦੀ ਕੁੱਟਮਾਰ ਕੀਤੀ ਗਈ, ਕਿਹਦੇ ਵੱਲੋਂ ਕੀਤੀ ਗਈ? ਕਿ ਜਾਇਦ ਤੌਰ ਸ਼ੱਕ ਤੌਰ ਤੇ ਕਰਦਾ ਹੈ ਮੇਰੀ ਮੰਮੀ ਨੂੰ ਮਾਰਕੁੱਟ। ਕੌਣ ਕਰਦਾ? ਡੈਡੀ ਮੇਰਾ ਕੁੱਟ ਕੁੱਟ ਕੇ ਉਹਨੂੰ ਮਾਰਦਾ ਵਾ ਵਿਚਾਰੀ ਨੂੰ। ਸਾਡੀਆਂ ਅੱਖਾਂ ਸਾਹਮਣੇ ਵੀ ਮਾਰਦੇ ਅੱਜ ਤੋਂ ਕਈ ਦਿਨ ਪਹਿਲਾਂ। ਆਖਿਰ ਉਹਨੇ ਵਿਚਾਰੀ ਨੂੰ ਮੁਕਾ ਹੀ ਦਿੱਤਾ। ਹਾਏ, ਆਂਟੀ ਮੇਰੀ ਮੰਮੀ ਹੈਗੀ ਹੈ ਨਾ? ਹੈਗੀ ਪੁੱਤ, ਹੈਗੀ। ਹਾਂਜੀ, ਕਤਲ ਦਾ ਕੇਸ ਪਾਉਣਾ ਉਹਦੇ 'ਤੇ, ਇਨਸਾਫ ਚਾਹੀਦਾ ਸਾਨੂੰ। ਡੈਡੀ ਮੇਰੇ 'ਤੇ, ਮੈਨੂੰ ਕਹਿਣ ਨੂੰ ਜੀ ਨਹੀਂ ਕਰਦਾ। ਕਤਲ ਕੀਤਾ, ਮੇਰੀ ਮੰਮੀ ਨੂੰ ਮਾਰਿਆ ਉਹਨੇ, ਕੁੱਟ ਕੁੱਟ ਕੇ ਮਾਰਿਆ ਵਾ। ਇਸ ਸੰਬੰਧੀ ਚੌਂਕੀ ਖਡੂਰ ਸਾਹਿਬ ਦੇ ਇੰਚਾਰਜ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਅੱਜ ਖਡੂਰ ਸਾਹਿਬ ਵਿੱਚ ਜਨਾਨੀ ਦੀ ਡੈਥ ਹੋਈ ਹੈ, ਦੱਸਿਆ ਜਾ ਰਿਹਾ ਕਿ ਉਹਦੇ ਘਰ ਵਾਲੇ ਵੱਲੋਂ ਮਾਰਿਆ ਗਿਆ। ਸਰ, ਕੀ ਮਾਮਲਾ ਜੀ? ਸਰ, ਅੱਜ ਸਾਨੂੰ ਹੋਸਪਿਟਲ ਵੱਲੋਂ ਇੱਕ ਲੈਟਰ ਮਿਲੀ ਵੀ ਅਬਰੋਡ ਡੈਡ ਨੂੰ ਡਿਕਲੇਅਰ ਕੀਤਾ ਗਿਆ, ਬੀਬੀ ਮਨਜੀਤ ਕੌਰ ਹੈ ਜੀ। ਉਹਦੇ ਹਸਬੈਂਡ ਨਾਲ ਕੋਈ ਝਗੜਾ ਚੱਲਦਾ ਸੀ, ਉਹਦੇ ਝਗੜੇ ਦੀ ਵਜ੍ਹਾ ਕਰਕੇ ਉਹਨੇ ਅੱਜ ਉਹਨੂੰ ਕੁੱਟਮਾਰ ਕੀਤੀ ਅਤੇ ਡਾਕਟਰ ਸਾਹਿਬ ਨੇ ਇਹਨੂੰ ਡੈਡ ਡਿਕਲੇਅਰ ਕਰਤਾ। ਸਰ, ਤੁਸੀਂ ਮੌਕੇ 'ਤੇ ਗਏ, ਮੌਕੇ 'ਤੇ ਦੇਖਿਆ ਜਾਵੇ ਕੀ ਸਾਹਮਣੇ ਆਇਆ ਕੁਛ? ਸਾਹਮਣੇ ਅਜੇ ਤਾਂ ਫਿਲਹਾਲ ਕੋਈ ਨਹੀਂ ਗੱਲ ਦਿਸ ਰਹੀ। ਉਹਦੀ ਲੜਕੀ ਦੀ ਸਟੇਟਮੈਂਟ ਆਪਾਂ ਦਰਜ ਕਰ ਰਹੇ ਹਾਂ, ਉਹਦੇ ਜੋ ਵੀ ਸਟੇਟਮੈਂਟ ਲਿਖਾਏਗੀ ਉਹਦੇ ਮੁਤਾਬਕ ਕਾਰਵਾਈ ਅਮਲ 'ਚ ਲਿਆਉਂਦੀ ਹੈ। ਲੜਕੀ ਵੱਲੋਂ ਕੀ ਕਿਹਾ ਜਾ ਰਿਹਾ? ਲੜਕੀ ਕਹਿ ਰਹੀ ਵੀ ਮੇਰੇ ਫਾਦਰ ਜਿਹੜੇ ਆ ਉਹਨਾਂ ਨੇ ਮੇਰੀ ਮਾਤਾ ਦੀ ਕੁੱਟਮਾਰ ਕੀਤੀ ਆ, ਅਤੇ ਜਿਹਦੀ ਵਜ੍ਹਾ ਕਰਕੇ ਮੇਰੀ ਮਾਤਾ ਦੀ ਜਿਹੜੀ ਆ ਡੈਥ ਹੋ ਗਈ।